ਪਹਿਲੇ ਸਿੱਖ ਯੂਐਫਸੀ ਫਾਈਟਰ ਅਰਜਨ ਸਿੰਘ ਭੁੱਲਰ ਖੇਡਾਂ ਦੇ 25 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ 14 ਅਪ੍ਰੈਲ 2018 ਨੂੰ ਗਲੇਨਡੇਲ ਐਰੀਜ਼ੋਨਾ ਵਿੱਚ ਆਪਣੇ ਮੁਕਾਬਲੇ ਦੌਰਾਨ ਸਿਰ ਤੇ ਪਗੜੀ ਸਜਾਉਣਗੇ। ਭੁੱਲਰ ਆਪਣੇ ਆਉਣ ਵਾਲੇ ਮੁਕਾਬਲੇ ਤੋਂ 1 ਮਹੀਨਾ ਪਹਿਲਾਂ ਹੀ ਫੀਨਿਕਸ ਐਰੀਜ਼ੋਨਾ ਵਿੱਚ ਹਨ ਕਿਉਂਕਿ ਉਹ ਜਿੱਤ ਨੂੰ ਕੁਝ ਜ਼ਿਆਦਾ ਦੇਣ ਦੀ ਇੱਛਾ ਰੱਖਦੇ ਹਨ। ਉਹ ਗੁਰਦੁਆਰਿਆਂ ਸਮੇਤ ਕਈ ਥਾਵਾਂ ਤੇ ਗਏ। ਅਰਜਨ ਸਿੰਘ ਭੁੱਲਰ ਨੇ ਨੈਸ਼ਨਲ ਸਿੱਖ ਕੰਪੇਨ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਦੇ ਤਹਿਤ ਉਹ ਸਿੱਖਾਂ ਬਾਰੇ ਜਾਗਰੂਕਤਾ ਅਤੇ ਸਿੱਖਿਆ ਵਧਾਉਣ ਲਈ ਆਪਣੇ ਖੇਡਾਂ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ ਉਹ ਇਸ ਖੇਡ ਦੇ ਵਿੱਚ ਭਾਰਤੀ ਭਾਈਚਾਰੇ ਅਤੇ ਹੋਰ ਦੱਖਣੀ ਏਸ਼ੀਆਈ ਲੋਕਾਂ ਦੀ ਦਿਲਚਸਪੀ ਅਤੇ ਨੁਮਾਇੰਦਗੀ ਵਧਾਉਣ ਦੀ ਉਮੀਦ ਕਰ ਰਹੇ ਹਨ। ਅਰਜਨ ਸਿੰਘ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਕਿ ਖੇਡਾਂ ਨੂੰ ਪਾਰ ਕਰਨ ਦੇ ਲਈ ਮਿਕਸ ਮਾਰਸ਼ਲ ਆਰਟ ਵਿੱਚ ਆਪਣੇ ਮੰਚ ਅਤੇ ਕੈਰੀਅਰ ਦੀ ਵਰਤੋਂ ਕਰਨਾ ਮੇਰੇ ਲਈ ਮਹੱਤਵਪੂਰਨ ਹੈ। ਮੈਂ ਆਪਣੇ ਭਾਈਚਾਰੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦਾ ਹਾਂ। ਹਰ ਸੱਭਿਆਚਾਰ ਦੀਆਂ ਆਪਣੀਆਂ ਖੇਡਾਂ ਦੇ ਆਈਕਨ ਹਨ ਅਤੇ ਆਸ ਕਰਦਾ ਹਾਂ ਕਿ ਇੱਕ ਦਿਨ ਮੈਂ ਵੀ ਦੱਖਣੀ ਏਸ਼ੀਆਈ ਭਾਈਚਾਰੇ ਦੇ ਲਈ ਇੱਕ ਆਈਕਨ ਬਣ ਸਕਦਾ ਹਾਂ। ਅਰਜਨ ਸਿੰਘ ਨੇ ਕਿਹਾ ਕਿ ਮੇਰੇ ਲਈ ਜ਼ਰੂਰੀ ਹੈ ਕਿ ਰਿੰਗ ਵਿੱਚ ਉਤਰਨ ਸਮੇਂ ਮੈਂ ਸਿਰ 'ਤੇ ਪੱਗ ਬੰਨਾਂ ਅਤੇ ਮੇਰੇ ਲਈ ਇਹ ਗੱਲ ਦੱਸਣਾ ਬੜੀ ਮਾਣ ਵਾਲੀ ਹੋਵੇਗੀ ਕਿ ਮੈਂ ਕਿੱਥੋਂ ਆਇਆਂ ਅਤੇ ਕੌਣ ਹਾਂ। ਦੱਸ ਦਈਏ ਕਿ ਫੀਨਿਕਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਜੋ 9/11 ਦੀ ਪਹਿਲੀ ਪੋਸਟ ਵਜੋਂ ਕੀਤੀ ਗਈ ਸੀ। ਇੱਥੇ ਮੇਸਾ ਦੇ ਵਿੱਚ ਬਲਬੀਰ ਸਿੰਘ ਸੋਢੀ ਨਾਂ ਦੇ ਸਿੱਖ ਦਾ ਕਤਲ ਕੀਤਾ ਗਿਆ ਸੀ ਕਿਉਂਕਿ ਉਸਨੇ ਪੱਗ ਬੰਨੀ ਹੋਈ ਸੀ। ਅਰਜਨ ਸਿੰਘ ਭੁੱਲਰ ਨੇ 16 ਮਾਰਚ ਨੂੰ ਸੋਢੀ ਪਰਿਵਾਰ ਨਾਲ ਮੁਲਾਕਾਤ ਕੀਤੀ। ਫੀਨਿਕਸ ਵਿੱਚ ਸਿੱਖ ਭਾਈਚਾਰੇ ਦੀ ਆਗੂ ਅਤੇ VR ਸਿੱਖ ਨੂੰ ਲੀਡ ਕਰਨ ਵਾਲੀ ਅੰਜਲੀਨ ਕੌਰ ਨੇ ਕਿਹਾ ਕਿ ਅਰਜਨ ਸਿੰਘ ਸਾਡੇ ਨੌਜਵਾਨਾਂ ਨੂੰ ਇੱਕ ਤਰ੍ਹਾਂ ਦਾ ਆਕਰਸ਼ਿਤ ਅਤੇ ਪ੍ਰੇਰਿਤ ਕਰ ਰਿਹਾ ਹੈ ਜਿਸ ਤਰ੍ਹਾਂ ਨਾਲ ਅਸੀਂ ਪਹਿਲਾਂ ਕਦੇ ਨਹੀਂ ਕਰ ਪਾਏ। ਸਾਡੇ ਬੱਚਿਆਂ ਨੇ ਅਮਰੀਕਾ ਦੇ ਵਿੱਚ ਇੱਕ ਸਫਲ ਅਥਲੀਟ ਨੂੰ ਕਦੇ ਨਹੀਂ ਦੇਖਿਆ ਸੀ ਜਿਸ ਦਾ ਰੰਗ ਅਤੇ ਭਾਸ਼ਾ ਉਹਨਾਂ ਵਰਗੀ ਹੈ। ਅਰਜਨ ਸਿੰਘ ਭੁੱਲਰ 14 ਅਪ੍ਰੈਲ ਨੂੰ ਦੁਨੀਆ ਨੂੰ 5ਵੇਂ ਸਭ ਤੋਂ ਵੱਡੇ ਧਰਮ ਲਈ ਜਾਗਰੂਕਤਾ ਪੈਦਾ ਕਰਨ ਦੇ ਲਈ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਇੱਕ ਤਾਕਤਵਰ ਅਤੇ ਮਹੱਤਵਪੂਰਨ ਤਰੀਕੇ ਦੇ ਤੌਰ 'ਤੇ ਵੇਖਦਾ ਹੈ। ਬੀਤੇ ਸਾਲ ਅਰਜਨ ਸਿੰਘ ਨੂੰ ਲੂਈ ਸੈਨਰਿਕ ਵਿਰੁੱਧ ਫਾਈਟ ਕਰਨ ਦੌਰਾਨ ਪੱਗ ਬੰਨਣ ਤੋਂ ਮਨਾ ਕਰ ਦਿੱਤਾ ਗਿਆ ਸੀ। ਉਂਝ ਫਾਈਟਰਾਂ ਨੂੰ ਸਪੌਂਸਰ ਕੱਪੜੇ ਪਾਉਣੇ ਚਾਹੀਦੇ ਹਨ ਪਰ 31 ਸਾਲ ਅਰਜਨ ਸਿੰਘ ਭੁੱਲਰ ਅਤੇ ਰਿਬੋਕ ਨਿੱਜੀ ਪੱਗ ਬੰਨਣ 'ਤੇ ਸਹਿਮਤ ਨਹੀਂ ਹੋਏ। ਭੁੱਲਰ ਨੇ ਲੰਦਨ 2012 ਦੇ ਵਿੱਚ ਕੁਸ਼ਤੀ ਦੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਸਤੰਬਰ ਵਿੱਚ ਲੂਈ ਸੈਨਰਿਕ ਨੂੰ ਹਰਾਉਣ ਮਗਰੋਂ ਕੈਨੇਡੀਅਨ UFC ਵਿੱਚ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਫਾਈਟਰ ਬਣ ਗਏ ਸਨ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।